ਹਮੇਸ਼ਾ ਸਾਡੇ ਸਨਮਾਨ ਜ਼ਰੂਰੀ ਹੈ ਪਰ ਫੋਟੋਆਂ ਲਾਉਣਾ ਤੁਸੀਂ ਕਾਰਜ ਦੱਸ ਰਹੇ ਹੋ ਆਪਣਾ ਸਰਕਾਰ ਦੀ ਮਾਨਸਿਕਤਾ ਕੀ ਹੈ ਇਹਦਾ ਪ੍ਰਗਟਾਵਾ ਹੈ ਸਰਕਾਰ ਸੋਚਦੀ ਕਿਤਨਾ ਜਿਹੜੇ ਮੈਂਬਰ ਪਾਰਲੀਮੈਂਟ ਦੀ ਪੈਨਸ਼ਨ ਵੀ ਲੈ ਰਹੇ ਸੀ ਅੱਜ ਕਿਆ ਉਹ ਪੰਜਾਬ ਦੇ ਵਿੱਚ ਉਹ ਵੈਲਫੇਅਰ ਹੋਈ ਹੈ ਉਹ ਬਜਟ ਬਚੇਗਾ ਚੰਗਾ ਹੈ ਚੰਗਾ ਉਹ ਮਾੜਾ ਨਹੀਂ ਕਹਿ ਰਹੇ ਜਣਾ ਖਣਾ ਬੰਦਾ ਸਿਕਿਉਰਿਟੀ ਇੱਕੀ ਦੁੱਕੀ ਬੰਦਾ ਵੀ ਸਿਕਿਉਰਿਟੀ ਲੈ ਕੇ ਆਉਂਦਾ ਔਰ ਉਹਦਾ ਮਿਸਯੂਜ਼ ਕਰਦਾ ਹੈ ਨਸ਼ੇ ਨਾਲ 34 ਮੌਤਾਂ ਕੁੱਲ 52 ਕਤਲ ਗੈਂਗਸਟਰਾਂ ਵੱਲੋਂ ਇਹਨਾਂ 'ਚੋਂ 21 ਕਤਲ ਕੀਤੇ ਗਏ ਜਿਹਨਾਂ 'ਚ 6 ਖਿਡਾਰੀ ਸ਼ਾਮਲ ਸੀ 14 ਜਗ੍ਹਾ ਗੋਲੀਆਂ ਚੱਲ ਗਈਆਂ ਇਹ ਹੈ 25 ਦਿਨਾਂ ਦੇ ਵਿੱਚ ਲਾਅ ਐਂਡ ਆਰਡਰ ਪੰਜਾਬ 'ਚ ਨਸ਼ੇ ਲੈ ਕੇ ਕੌਣ ਆਇਆ ਪੰਜਾਬ 'ਚ ਗੈਂਗਸਟਰ ਕਲਚਰ ਪ੍ਰਮੋਟ ਕਿਹਨੇ ਕੀਤਾ ਰਾਤੋ ਰਾਤ ਹੋਏ ਕਿਆ ਨਸ਼ਾ 15 ਦਿਨ 'ਚ ਪਿਛਲੇ ਫੈਲ ਗਿਆ ਇਹ ਆਂਕੜੇ ਇਹਨਾਂ ਆਂਕੜਿਆਂ ਬਾਰੇ ਕੀ ਕਹਿੰਦੇ ਮੈਂ ਤਾਂ ਕਹਿ ਰਿਹਾ ਵੀ ਕਿੱਥੋਂ ਪੈਦਾ ਹੋਇਆ ਐਵੇਂ ਆਂਕੜੇ ਕੋਈ ਵੀ ਉੱਠ ਕੇ ਆਂਕੜੇ ਦੇ ਦੂ ਇੱਕਾ ਦੁੱਕਾ ਬੰਦਾ ਸਤਿਆਨਾਸ਼ ਕੀਤਾ ਪਿਛਲੀਆਂ ਸਰਕਾਰਾਂ ਨੇ ਲੇਕਿਨ ਸਾਨੂੰ ਟਾਈਮ ਤਾਂ ਦਓਗੇ ਨਾ 20 ਦਿਨਾਂ 'ਚ ਅਸੀਂ ਸਾਰਾ ਕੁਛ ਕਿਸ ਤਰ੍ਹਾਂ ਕਰ ਲਈਏ ਪੰਜਾਬ ਦੇ ਦਰਸ਼ਕਾਂ ਸਵਾਗਤ ਹੈ 25 ਦਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋ ਚੁੱਕੇ ਨੇ ਸਰਕਾਰ ਜਦੋਂ ਵੀ ਕੋਈ ਕੰਮ ਕਰ ਰਹੀ ਹੈ ਪਿੱਛੇ ਜੇ 11 ਦਿਨਾਂ 'ਚ 11 ਕੰਮ ਇਹਨਾਂ ਨੇ ਗਣਾਤੇ ਸੀਗੇ ਸੋ ਇਹਨਾਂ ਦੀ ਪਰਫੋਰਮੈਂਸ 'ਤੇ ਚਰਚਾ ਕਰਦੇ ਹਾਂ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਸਾਡੇ ਨਾਲ ਮੌਜੂਦ ਨੇ ਕੰਗ ਸਾਹਿਬ ਸ਼ਾਇਦ ਪਹਿਲੀ ਮੈਨੂੰ ਲੱਗਦਾ ਇਹ ਸਰਕਾਰ ਆਈ ਹੋਣੀ ਜਿਹੜੀ ਕਿ ਗਨਮੈਨ ਵਾਪਸ ਲੈਣ ਨੂੰ ਵੀ ਆਪਣਾ ਇੱਕ ਬਹੁਤ ਵੱਡਾ ਕਾਰਜ ਦੱਸਦੀ ਹੈ ਜਿਹੜੀ ਕਿ ਵਿਧਾਨ ਸਭਾ ਸੈਸ਼ਨ ਦਾ ਲਾਈਵ ਪ੍ਰਸਾਰਣ ਦਿਖਾਉਣ ਨੂੰ ਵੀ ਆਪਣਾ ਕੰਮ ਗਿਣਾ ਰਹੀ ਹੈ ਸ਼ਹੀਦਾਂ ਦਾ ਸਨਮਾਨ ਜ਼ਰੂਰੀ ਹੈ ਸ਼ਹੀਦਾਂ ਦੀਆਂ ਫੋਟੋਆਂ ਤੱਕ ਲਾਉਣ ਨੂੰ ਆਪਣਾ ਕੰਮ ਦਿਖਾ ਰਹੀ ਹੈ ਇੰਨੇ ਜ਼ਰੂਰੀ ਜੇਕਰ ਤੁਹਾਨੂੰ ਇਹ ਕੰਮ ਲੱਗਦੇ ਅਸੀਂ ਕਰਤੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਰਿਲੇਟਡ ਨੇ ਫਿਰ ਤੁਸੀਂ ਇਹਨੂੰ ਆਪਣਾ ਏਜੰਡਾ ਕਿਉਂ ਨਹੀਂ ਬਣਾ ਲਿਆ ਸੀ ਇਹਨਾਂ ਕੰਮਾਂ ਨੂੰ ਦੇਖੋ ਵਿਧਾਨ ਸਭਾ ਦੇ ਸੈਸ਼ਨ ਦੀ ਜਿੱਥੋਂ ਤੱਕ ਗੱਲ ਹੈ ਵਿਧਾਨ ਸਭਾ ਸਾਡੀ ਸੁਪਰੀਮ ਸੂਬੇ ਦੀ ਜਿਹੜੀ ਬੋਡੀ ਹੈ ਜਾਂ ਇੱਕ ਇੰਸਟੀਟਿਊਸ਼ਨ ਹੈ ਜਿੱਥੇ ਅਸੀਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਫੈਸਲੇ ਲੈਣੇ ਇਹ ਬੜਾ ਇਤਿਹਾਸਿਕ ਫੈਸਲਾ ਇਸ ਪੱਖੋਂ ਹੈ ਵੀ ਲੋਕਾਂ ਨੂੰ ਆਪਣੇ ਨੁਮਾਇੰਦਿਆਂ ਦੀ ਪਰਫੋਰਮੈਂਸ ਉਹਨਾਂ ਦਾ ਵਤੀਰਾ ਉਹਨਾਂ ਦਾ ਵਿਵਹਾਰ ਉਹਨਾਂ ਦੀ ਸੋਚ ਜਿਹੜੀ ਆ ਪਤਾ ਤਾਂ ਲੱਗਣੀ ਚਾਹੀਦੀ ਹੈ ਤੁਸੀਂ MLA ਚੁਣ ਕੇ ਭੇਜ ਦਿੰਦੇ ਹੋ ਹਲਕੇ 'ਚੋਂ ਮੰਨ ਲਓ ਤਾਂ ਉਹ ਵਿਧਾਨ ਸਭਾ ਜਾ ਕੇ ਉਹ MLA ਕਰਦਾ ਕੀ ਰਿਹਾ ਕੀ ਕੀਤਾ ਉਹਨੇ ਕਿਹੜੇ ਮੁੱਦੇ ਚੱਕੇ ਆ ਨਹੀਂ ਚੱਕੇ ਪਹਿਲਾਂ ਤਾਂ 30 'ਚ ਇਹੋ ਜਿਹੇ ਐਗਜ਼ਾਮਪਲ ਵੀ ਬਥੇਰੇ ਆ ਜਿਹੜੇ 5-5 ਸਾਲ ਆ ਕੇ ਇੱਕ ਸ਼ਬਦ ਵੀ ਨਹੀਂ ਬੋਲਦੇ ਅਤੇ ਜਾ ਕੇ ਉੱਥੇ ਡੀਂਗਾ ਮਾਰਦੇ ਰਹੇ ਆਪਣੇ ਹਲਕੇ 'ਚ ਵੀ ਮੈਂ ਆਹ ਕਰਦਾ ਉਹ ਕਰਤਾ ਸੋ ਇਹ ਡੈਮੋਕ੍ਰੇਸੀ 'ਚ ਇੱਕ ਹੈਲਦੀ ਸਟੈਪ ਹੈ ਇਹ ਤਾਂ ਪਹਿਲਾਂ ਵੀ ਨਜ਼ਰ ਆਉਣ ਲੱਗ ਗਿਆ ਸੀਗਾ ਵੱਖਰੀ ਗੱਲ ਹੈ ਸਰਕਾਰ ਜੋ ਦਿਖਾਉਣਾ ਚਾਹੁੰਦੀ ਸੀ ਉਹੀ ਦਿਖਦਾ ਸੀ ਕੈਪਟਨ ਵੇਲੇ ਦਿਖਦਾ ਉੱਥੇ ਵੀ ਸੀ ਇਹਦੇ ਨਾਲ 2 ਫਾਇਦੇ ਇੱਕ ਤਾਂ ਜਿਹੜਾ ਆਪਣਾ ਜਿਹੜਾ ਨੁਮਾਇੰਦਾ ਆ ਉਹਦੀ ਕਾਰਗੁਜ਼ਾਰੀ ਲੋਕਾਂ ਨੂੰ ਪਤਾ ਲੱਗਦੀ ਹੈ ਦੂਜਾ ਤੁਹਾਡੇ 'ਤੇ ਪ੍ਰੈਸ਼ਰ ਰਹੂਗਾ ਵੀ ਤੁਹਾਨੂੰ ਪਰਫੋਰਮ ਕਰਨਾ ਹੀ ਪਊਗਾ ਤੁਸੀਂ ਕਿਹੜੇ ਇਸ਼ੂ 'ਤੇ ਕੀ ਸਟੈਂਡ ਲੈਂਦੇ ਹੋ ਤੁਹਾਡੀ ਜਵਾਬਦੇਹੀ ਤੈਅ ਹੁੰਦੀ ਆ ਲੋਕਾਂ ਜਾ ਕੇ ਸੋ ਆਮ ਜਿਹੜਾ ਬੰਦਾ ਹੈ ਉਹ ਜਾ ਕੇ ਮਿਨਟਸ ਨਹੀਂ ਪੜ੍ਹਦਾ ਵਿਧਾਨ ਸਭਾ 'ਚ ਪਹਿਲੀਆਂ ਪਾਰਟੀਆਂ ਨਹੀਂ ਦਿਖਾਉਂਦੀਆਂ ਸੀ ਦਿਖਾ ਰਹੀਆਂ ਸੀਗੀਆਂ ਉਹ ਵੀ ਸੈਸ਼ਨ ਕਦੋਂ ਲਾਈਵ ਹੋਇਆ ਜਦੋਂ ਵੀ ਮੈਂ ਕਹਿ ਰਿਹਾ ਵੀ ਜਦੋਂ ਆਪਣੀ ਚੀਜ਼ ਦਿਖਾਉਣੀ ਚਾਹੁੰਦੇ ਸੀ ਅਸੀਂ ਇਹ ਕੀਤਾ ਉਹ ਚੀਜ਼ ਦਿਖਦੀ ਸੀ ਵਿਧਾਨ ਸਭਾ ਦਾ ਸੈਸ਼ਨ ਪਿੱਕ ਐਂਡ ਚੂਜ਼ ਨਾਲ ਲਾਈਵ ਕਰਦੇ ਸੀ ਸੁਭਾਵਿਕ ਹੈ ਨਾ ਮੈਨੂੰ ਨਹੀਂ ਲੱਗਦਾ ਮੈਂ ਤਾਂ ਕਦੀ ਦੇਖਿਆ ਨਹੀਂ ਇੱਕ ਜ਼ਰੂਰ ਇੱਕ ਦਿਨ ਦਾ ਸੈਸ਼ਨ ਹੋਇਆ ਸੀ ਬੇਅਦਬੀ ਨੂੰ ਲੈ ਕੇ ਸਿਰਫ ਇੱਕ ਕਾਂਗਰਸ ਨੇ ਕੀਤਾ ਸੋ ਇੱਕ ਤਾਂ ਇਹ ਗੱਲ ਦੂਜੀ ਗਨਮੈਨ ਵਾਪਸ ਲੈਣਾ ਦੂਜੀ ਗੱਲ ਸ਼ਹੀਦਾਂ ਨੂੰ ਗੱਲ ਮੈਂ ਉਹ ਤੇ ਵੀ ਆ ਰਿਹਾ ਦੇਖੋ ਅਸਲੀ ਹੀਰੋ ਸਾਡੇ ਸ਼ਹੀਦ ਹੈ ਜਿਹੜੇ ਰੀਲ ਹੀਰੋ ਨਹੀਂ ਰੀਅਲ ਹੀਰੋ ਅਗਲੀ ਪੀੜ੍ਹੀ ਨੂੰ ਮੋਰਲੀ ਸਟਰੋਂਗ ਕਰਨਾ ਔਰ ਆਪਣੇ ਹੀਰੋਜ਼ ਦੇ ਪ੍ਰਤੀ ਸ਼ਰਧਾ ਭਾਵਨਾ ਵਧਾਉਣੀ ਔਰ ਉਹ ਤੋਂ ਪ੍ਰੇਰਣਾ ਦਿਵਾਉਣੀ ਇਹ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਵੀ ਆ ਸੋ ਮੈਨੂੰ ਲੱਗਦਾ ਇਹ ਜ਼ਰੂਰੀ ਹੈ ਕਿਉਂਕਿ ਆਪਾਂ ਪਿਛਲੇ ਸਾਲਾਂ 'ਚ ਦੇਖਿਆ ਕਿਸ ਤਰੀਕੇ ਨਾਲ ਕੁਛ ਪਰਿਵਾਰ ਦੇ ਲੋਕਾਂ ਨੂੰ ਹੀਰੋ ਬਣਾ ਕੇ ਪ੍ਰਮੋਟ ਕੀਤਾ ਜਾ ਰਿਹਾ ਜਿਹੜੇ ਸਾਡੇ ਰੀਅਲ ਹੀਰੋ ਸੀ ਦੇਖੋ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਨੂੰ ਸੰਵਿਧਾਨ ਦਿੱਤਾ ਔਰ ਭਗਤ ਸਿੰਘ ਜੀ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਸੋ ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਹਮੇਸ਼ਾ ਸਾਡੇ ਸਨਮਾਨ ਜ਼ਰੂਰੀ ਹੈ ਪਰ ਫੋਟੋਆਂ ਲਾਉਣਾ ਤੁਸੀਂ ਕਾਰਜ ਦੱਸ ਰਹੇ ਹੋ ਆਪਣਾ ਵੀ ਪੰਜਾਬ ਦੇ ਭਲੇ ਲਈ ਬਹੁਤ ਵੱਡਾ ਕਾਰਜ ਹੋ ਗਿਆ ਸਰਕਾਰ ਦੀ ਮਾਨਸਿਕਤਾ ਕੀ ਆ ਇਹਦਾ ਪ੍ਰਗਟਾਵਾ ਹੈ ਸਰਕਾਰ ਸੋਚਦੀ ਕਿਤਨਾ ਇੱਕ ਤੁਸੀਂ VIP ਕਲਚਰ ਨੂੰ ਖਤਮ ਕੀਤਾ ਤੁਸੀਂ ਇਹ ਗੱਲ ਦਾ ਜ਼ਿਕਰ ਨਹੀਂ ਕਰ ਰਹੇ ਵੀ ਜਿਹੜੇ ਪੈਨਸ਼ਨ ਲੈ ਰਹੇ ਸੀ 8-8, 10-10 ਜਿਹੜੇ ਠੇਕੇਦਾਰ ਬਣੇ ਸੀ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਦੀ ਪੈਨਸ਼ਨ ਵੀ ਲੈ ਰਹੇ ਸੀ 8-8 ਕਿਆ ਉਹ ਪੰਜਾਬ ਦੇ ਵਿੱਚ ਉਹ ਵੈਲਫੇਅਰ ਹੋਈ ਹੈ ਉਹ ਬਜਟ ਬਚੇਗਾ ਚੰਗਾ ਹੈ ਚੰਗਾ ਉਹ ਮਾੜਾ ਨਹੀਂ ਕਹਿ ਰਹੇ ਸਿਕਿਉਰਿਟੀ ਦਾ ਹਾਲ ਇਹ ਹੈ ਤੁਸੀਂ ਕਿਸੇ ਇੰਟੈਲੀਜੈਂਸ ਸਿਕਿਉਰਿਟੀ ਵਾਲੇ ਆਫਿਸਰ ਨੂੰ ਮਿਲ ਕੇ ਵੇਖੋ ਜਣਾ ਖਣਾ ਬੰਦਾ ਸਿਕਿਉਰਿਟੀ ਇੱਕੀ ਦੁੱਕੀ ਬੰਦਾ ਵੀ ਸਿਕਿਉਰਿਟੀ ਲੈ ਕੇ ਆਉਂਦਾ ਔਰ ਉਹਦਾ ਮਿਸਯੂਜ਼ ਕਰਦਾ ਹੈ ਸਰਕਾਰੀ ਦਫ਼ਤਰ ਤੋਂ ਲੈ ਕੇ ਕਿਸੇ ਵੀ ਪਬਲਿਕ ਪਲੇਟਫਾਰਮ 'ਤੇ ਜਾ ਕੇ ਰੋਹ ਮਾਰਦਾ ਆ ਚਾਹੇ ਉਹ ਟੋਲ ਪਲਾਜ਼ਾ ਦੀ ਗੱਲ ਕਰ ਲਓ ਚਾਹੇ ਡਿਸਟ੍ਰਿਕਟ ਕਚਹਿਰੀਆਂ ਦੀ ਗੱਲ ਕਰ ਲਓ ਸਿਕਿਉਰਿਟੀ ਉਹਨੂੰ ਜ਼ਰੂਰੀ ਹੈ ਜਿਹਨੂੰ ਵਾਕਈ ਕੋਈ ਥਰੈਟ ਹੈ ਤਾਂ ਥਰੈਟ ਦੀ ਇਨਪੁੱਟ ਤਾਂ ਸਰਕਾਰ ਕੋਲ ਰਹਿੰਦੀ ਆ
ਜਿਨ੍ਹਾਂ ਨੂੰ ਜੈਨੂਅਨ ਥ੍ਰੈਟ ਹੈ, ਸਰਕਾਰ ਉਹਨਾਂ ਦੀ ਸਿਕਿਉਰਿਟੀ ਵਾਪਸ ਨਹੀਂ ਲੈ ਰਹੀ। ਸੋ ਇਹ ਵੀ ਆਈ ਪੀ ਕਲਚਰ, ਮੇਰਾ ਕਹਿਣਾ ਪਰ ਇਹਨੂੰ ਕੰਮ ਦਿਖਾਉਣਾ ਵੀ ਅਸੀਂ ਕੰਮ ਕਰਦੇ ਹਾਂ ਜੀ, ਇਹ ਇਹਨੂੰ ਇੱਦਾਂ ਇਸ ਐਂਗਲ ਸਰਕਾਰ ਦੀ ਮਨਸ਼ਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ, ਸਰਕਾਰ ਦੀ ਮਾਨਸਿਕਤਾ ਕੀ ਆ, ਸਰਕਾਰ ਦਾ ਆਈਡੀਆਜ਼ ਕੀ ਹੈ, ਸਰਕਾਰ ਸੋਚਣ ਦਾ ਤਰੀਕਾ ਕੀ ਆ, ਉਹ ਇਸ ਚੀਜ਼ਾਂ ਤੋਂ ਤੁਹਾਡੇ ਸਿੰਬਲ ਤੋਂ ਪ੍ਰਮੁੱਖ ਪਤਾ ਲੱਗਦਾ ਹੈ, ਸਿੰਬਲ ਤੋਂ ਪਤਾ ਲੱਗਦਾ ਹੈ, ਤੁਹਾਡੀ ਬੋਡੀ ਲੈਂਗੁਏਜ ਤੋਂ, ਤੁਹਾਡੇ ਕਾਰਗੁਜ਼ਾਰੀ ਤੋਂ ਪਤਾ ਲੱਗਦਾ ਹੈ। ਸੋ ਇਹ ਆ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਜਿਹੜੀ ਪੰਜਾਬ ਦੇ ਲੋਕਾਂ ਨਾਲ ਜੁੜੀ ਗਵਰਨੈਂਸ ਨੂੰ ਲੈ ਕੇ ਆ, ਕਰਪਸ਼ਨ ਨੂੰ ਲੈ ਕੇ ਆ, ਕਿਸਾਨੀ ਦੇ ਬਦਲ 'ਤੇ ਜਿਹੜਾ ਮੌਜੂਦਾ ਮਾਡਲ ਹੈ ਉਹਨੂੰ ਕਿਸ ਤਰ੍ਹਾਂ ਬਿਹਤਰ ਕੀਤਾ ਜਾ ਸਕੇ ਉਹਨੂੰ ਲੈ ਕੇ ਆ, ਬ੍ਰੇਨ ਡਰੇਨ ਨੂੰ ਲੈ ਕੇ ਆ, ਇੰਸਟੀਟਿਊਸ਼ਨ ਬਚਾਉਣ ਨੂੰ, ਸਰਕਾਰ ਹਰੇਕ ਉਹ ਇਸ਼ੂ ਬੇਰੁਜ਼ਗਾਰੀ ਨੂੰ ਲੈ ਕੇ ਵੀ ਤਾਂ ਫੈਸਲਾ ਲਿਆ ਸਰਕਾਰ ਨੇ, ਉਹ ਜਿਹੜੇ ਕੰਮ ਹੈਗੇ ਨੇ ਉਹਨਾਂ ਨੂੰ ਮੰਨ ਰਹੀ ਹੈ ਦੁਨੀਆ, ਪੰਜਾਬ ਰਿਕੋਗਨਾਈਜ਼ ਕਰ ਰਿਹਾ। ਤੁਸੀਂ 20-25 ਦਿਨਾਂ 'ਚ ਇਸ ਤੋਂ ਵੱਧ ਕੀ ਪਰਫਾਰਮ ਕਰ ਸਕਦੇ ਆ, ਲੇਕਿਨ ਆਉਣ ਵਾਲੇ ਟਾਈਮ 'ਚ ਪਰਫਾਰਮ ਦੀ ਗੱਲ ਕੀਤੀ ਹੈ। ਪੰਜਾਬ ਲੋਕ ਕਾਂਗਰਸ ਦਾ ਟਵੀਟ ਹੈ ਅੱਜ ਦਾ, ਪੜ੍ਹ ਲਓ ਤੁਸੀਂ, ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਦਿੰਦੇ ਹਾਂ। ਇਹ ਪੀ ਐੱਲ ਸੀ ਦਾ ਟਵੀਟ ਹੈ, ਪੀ ਐੱਲ ਸੀ ਦੇ ਬੁਲਾਰੇ ਹੈਗੇ ਨੇ ਪ੍ਰਿਤਪਾਲ ਸਿੰਘ ਬਲੀਏਵਾਲ, ਉਹ ਕਹਿੰਦੇ ਨੇ ਭਗਵੰਤ ਮਾਨ ਸਰਕਾਰ ਦੇ 25 ਦਿਨ ਨਸ਼ੇ ਨਾਲ 34 ਮੌਤਾਂ, ਕੁੱਲ 52 ਕਤਲ, ਗੈਂਗਸਟਰਾਂ ਵੱਲੋਂ ਇਹਨਾਂ 'ਚੋਂ 21 ਕਤਲ ਕੀਤੇ ਗਏ, ਜਿਨ੍ਹਾਂ 'ਚ 6 ਖਿਡਾਰੀ ਸ਼ਾਮਲ ਸੀ, 14 ਜਗ੍ਹਾ ਗੋਲੀਆਂ ਚੱਲ ਗਈਆਂ। ਇਹ ਹੈ 25 ਦਿਨਾਂ ਦੇ ਵਿੱਚ ਲੋ ਐਂਡ ਆਰਡਰ ਪੰਜਾਬ 'ਚ। ਨਸ਼ੇ ਲੈ ਕੇ ਕੌਣ ਆਇਆ ਪੰਜਾਬ 'ਚ, ਗੈਂਗਸਟਰ ਕਲਚਰ ਪ੍ਰਮੋਟ ਕਿਹਨੇ ਕੀਤਾ, ਰਾਤੋ ਰਾਤ ਹੋਏ ਕਿ ਨਸ਼ਾ 15 ਦਿਨ 'ਚ ਪਿਛਲੇ ਫੈਲ ਗਿਆ, ਇਹਨੂੰ ਪੋਲੀਟੀਕਲ ਪੈਟਰੋਨੇਜ ਦੇ ਕੇ ਪੰਜਾਬ 'ਚ ਪ੍ਰਮੋਟ ਕੀਤਾ ਗਿਆ, ਲਾਗੂ ਕੀਤਾ ਆ ਇਹਨਾਂ ਨੇ ਲੋਕਾਂ ਨੇ। ਇਹ ਜਿਹੜੀਆਂ ਸਰਕਾਰ, ਚਾਹੇ ਅਕਾਲੀ ਦਲ ਦੀ ਰਹੀ ਆ ਜਾਂ ਕਾਂਗਰਸ ਦੀ ਰਹੀ ਆ ਜਾਂ ਕੈਪਟਨ ਸਾਹਿਬ ਜਿਹੜੇ ਹੁਣ ਭਾਵੇਂ ਪਾਰਟੀ ਬਦਲ ਗਏ ਆ, ਇਹਨਾਂ ਲੋਕਾਂ ਦੇ ਸ਼ੈਲਟਰ, ਇਹਨਾਂ ਦੀ ਪੋਲੀਟੀਕਲ ਪੈਟਰੋਨੇਜ ਕਰਕੇ ਤਾਂ ਹਾਲਾਤ ਬਣੇ ਆ, ਅਤੇ ਅਸੀਂ ਤਾਂ ਵਾਅਦਾ ਕੀਤਾ, ਅਸੀਂ ਤਾਂ ਇਹਦੇ 'ਤੇ ਲਗਾਮ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਇਹ ਅੰਕੜੇ, ਇਹਨਾਂ ਅੰਕੜੇ ਬਾਰੇ ਕੀ ਕਹਿੰਦੇ ਹੋ? ਮੈਂ ਤਾਂ ਕਹਿ ਰਿਹਾ ਵੀ ਕਿੱਥੋਂ ਪੈਦਾ ਹੋਇਆ, ਐਵੇਂ ਅੰਕੜੇ ਕੋਈ ਵੀ ਉੱਠ ਕੇ ਅੰਕੜੇ ਦੇ ਦੂ, ਏਕਾ ਦੁੱਕਾ ਬੰਦਾ। ਗੱਲ ਇਹ ਆ, ਤੁਸੀਂ ਬੁਲਾ ਰਹੇ ਹੋ, ਉਹ ਵੀ ਬੁਲਾ ਰਹੇ ਇੱਕ ਪਾਰਟੀ ਦੇ, ਅਸੀਂ ਕਹਿ ਰਹੇ ਹਾਂ ਵੀ ਜਿਹੜਾ ਨਸ਼ੇ ਦੀ ਜਿਹੜੀ ਮਸਲਾ ਹੈ ਪਿਛਲੇ 15-20 ਸਾਲ 'ਚ, ਕਿਸ ਤਰੀਕੇ ਨਾਲ ਉਹਨੂੰ ਪੈਟਰੋਨੇਜ ਕੀਤਾ, ਕਿਸ ਤਰੀਕੇ ਨਾਲ ਪੜਾਵਾ ਦਿੱਤਾ, ਕਿਸ ਤਰੀਕੇ ਨਾਲ ਉਹਦੇ 'ਚੋਂ ਹਿੱਸੇਦਾਰੀ ਵੱਜੀ, ਕਿਸ ਤਰੀਕੇ ਨਾਲ ਗੈਂਗਸਟਰ ਕਲਚਰ, ਜਿਹੜੇ ਸਾਡੇ ਸਪੋਰਟਸਮੈਨ ਸੀ ਮੁੰਡੇ, ਉਹਨਾਂ ਨੂੰ ਇਸ ਲਾਈਨ 'ਚ ਪਾਇਆ ਗਿਆ, ਕੌਣ ਜ਼ਿੰਮੇਵਾਰ ਹੈ ਉਹਦੇ ਲਈ? ਅਸੀਂ ਤਾਂ ਉਸ ਪਾਸੇ ਨਹੀਂ ਦੇਖੋ ਲਾ ਐਂਡ ਆਰਡਰ। ਠੀਕ ਹੈ, ਭਾਵਰਾ ਕੱਲ੍ਹ ਸਫਾਈ ਦੇ ਰਿਹਾ ਪ੍ਰੈਸ ਕਾਨਫਰੰਸ ਕਰਕੇ, ਅਸੀਂ ਇੰਨੇ ਗੈਂਗਸਟਰ ਫੜ ਲਏ, ਉਹਨਾਂ ਨੂੰ ਕੀ ਲੋੜ ਪੈ ਗਈ ਰੋਜ਼ ਜਦੋਂ ਗੋਲੀਆਂ ਚੱਲ ਰਹੀਆਂ? ਵੀ ਜੇ ਡੀ ਜੀ ਪੀ ਆਪਣਾ ਪੱਖ ਰੱਖ ਰਿਹਾ, ਇਹ ਤਾਂ ਚੰਗੀ ਗੱਲ ਹੋਣੀ ਚਾਹੀਦੀ ਹੈ। ਜਿਹੜਾ ਸੁਪਰੀਮ ਪੁਲਿਸ ਦਾ ਅਧਿਕਾਰੀ ਹੈ ਸਟੇਟ ਦਾ, ਜੋ ਪੱਖ ਰੱਖ ਰਿਹਾ ਉਹਦਾ ਸਵਾਗਤ ਹੋਣਾ ਚਾਹੀਦਾ। ਅਤੇ ਮੈਂ ਕਦੋਂ ਮੁਨਕਰ ਹੋਇਆ ਵੀ ਗੈਂਗਸਟਰ ਪ੍ਰੋਬਲਮ ਨਹੀਂ ਆ, ਜਾਂ ਅਸੀਂ ਕਦੋਂ ਮੁਨਕਰ ਹੋਏ ਵੀ ਨਸ਼ੇ ਦੀ ਪ੍ਰੋਬਲਮ ਨਹੀਂ ਆ? ਇਹ ਦੋਨਾਂ ਮੁੱਦਿਆਂ ਨੂੰ ਲੈ ਕੇ ਅਤੇ ਬ੍ਰੇਨ ਡਰੇਨ ਨੂੰ ਲੈ ਕੇ ਅਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ, ਸਤਿਆਨਾਸ਼ ਕੀਤਾ ਪਿਛਲੀਆਂ ਸਰਕਾਰਾਂ ਨੇ। ਲੇਕਿਨ ਸਾਨੂੰ ਟਾਈਮ ਤਾਂ ਦਊਂਗੇ ਨਾ, 20 ਦਿਨਾਂ 'ਚ ਅਸੀਂ ਸਾਰਾ ਕੁਝ ਕਿਸ ਤਰ੍ਹਾਂ ਕਰ ਲਈਏ? ਇੱਕ ਲੰਬੀ ਬਿਮਾਰੀ ਆ, ਇੱਕ ਵੱਡਾ ਨੈਕਸਸ ਹੈ ਇਹਦੇ ਪਿੱਛੇ, ਇਹਦੇ ਪਿੱਛੇ ਇੱਕ ਵੱਡੀਆਂ ਵੱਡੀਆਂ ਪੋਲੀਟੀਕਲ ਤਾਕਤਾਂ ਹੈ। ਉਹਨਾਂ ਨੂੰ ਬਿਲਕੁਲ, ਜਿਹੜੇ ਗੁਨਾਹਗਾਰ ਹੈ ਉਹਨਾਂ ਨੂੰ ਅਸੀਂ ਫਾਏ ਵੀ ਲਾਵਾਂਗੇ ਔਰ ਇਹ ਕਲਚਰ ਵੀ ਖਤਮ ਕਰਾਂਗੇ। ਨੌਜਵਾਨਾਂ ਨੂੰ ਜਿਸ ਤਰ੍ਹਾਂ ਮਾਨ ਸਾਹਿਬ ਕਹਿੰਦੇ ਆ, ਟੀਕੇ ਛੁਡਾ ਕੇ ਟਿਫਨ ਫੜਾਵਾਂਗੇ, ਰੋਜ਼ਗਾਰ ਪੈਦਾ ਕਰਕੇ। ਇੱਕ ਸਵਾਲ, ਕੱਲ੍ਹ ਜਿਹੜੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਲਿੱਤੀ, ਅਨਿਰੁੱਧ ਤਿਵਾੜੀ ਜਾ ਰਹੇ ਨੇ, ਪਾਵਰਕੌਮ ਦੇ ਚੇਅਰਮੈਨ CMD ਬਲਦੇਵ ਸਰਾਂ ਜਾ ਰਹੇ ਨੇ, ਹੋਰ ਅਧਿਕਾਰੀ ਜਾ ਰਹੇ ਨੇ, ਠੱਪਾ ਲੱਗ ਗਿਆ ਵੀ ਸਭ ਕੁਝ ਤਾਂ ਦਿੱਲੀ ਹੋਣਾ, ਨਾ ਉਹ 'ਚ CM ਹਾਜ਼ਰ ਹੈ, ਨਾ ਉਹ 'ਚ ਪੰਜਾਬ ਦਾ ਬਿਜਲੀ ਮੰਤਰੀ ਹਾਜ਼ਰ ਹੈ, ਅਤੇ ਫੈਸਲਾ ਪੰਜਾਬ ਦੀ ਬਿਜਲੀ ਬਾਰੇ ਹੋਣਾ, ਇੱਕ ਪਾਰਟੀ ਦਾ ਫਾਊਂਡਰ ਜਿਹੜਾ ਹੈਗਾ ਉਹ ਫੈਸਲਾ ਲੈ ਰਿਹਾ। ਦੇਖੋ ਜੀ, ਅਰਵਿੰਦ ਕੇਜਰੀਵਾਲ ਜੀ ਕੌਣ ਹੈ? ਸਾਡੇ ਨੈਸ਼ਨਲ ਹੈੱਡ ਹੈ। ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਬਿਜਲੀ ਅਗਰ ਫ੍ਰੀ ਦੇਣ ਦਾ ਕੋਈ ਫੈਸਲਾ ਪੰਜਾਬ ਸਰਕਾਰ ਲੈ ਰਹੀ ਆ, ਜਿਹੜਾ ਇਲੈਕਸ਼ਨ 'ਚ ਵਾਅਦਾ ਸੀ, ਗਰੰਟੀ ਸੀ, ਔਰ ਲੈ ਫੋਰਮੇਸ਼ਨ ਤੋਂ 20-25 ਦਿਨ ਤੋਂ ਬਾਅਦ, ਉਹ ਵੀ ਉਦੋਂ ਜਦੋਂ ਪੈਡੀ ਸੀਜ਼ਨ ਸਿਰ 'ਤੇ ਆ, ਅਤੇ ਇਹਦਾ ਤਾਂ ਸਵਾਗਤ ਹੋਣਾ ਚਾਹੀਦਾ। ਇਸ ਮੁਸ਼ਕਲ ਦੌਰ 'ਚ ਵੀ ਪੰਜਾਬ ਮੰਤਰੀ ਤੱਕ ਨਹੀਂ ਬੁਲਾਉਣ ਦੀ ਜੇ ਅਹਿਮੀਅਤ ਸਮਝੀ ਗਈ, ਪਿਛਲੇ ਦਿਨਾਂ 'ਚ ਬਿਜਲੀ ਮੰਤਰੀ ਨਹੀਂ ਮਿਲੇ, ਕੱਲ੍ਹ ਦੀ ਗੱਲ ਕਰ ਰਹੇ ਹਾਂ, ਕੱਲ੍ਹ ਦਿੱਲੀ ਬੁਲਾਏ ਗਏ ਨੇ ਪੰਜਾਬ ਦੇ ਅਧਿਕਾਰੀ, ਘੱਟੋ ਘੱਟ ਬਿਜਲੀ ਮੰਤਰੀ ਦਾ ਸੱਦ ਲੈਂਦੇ। ਐਵੇਂ ਤੁਸੀਂ ਉਹਨੂੰ ਐਵੇਂ ਆਪਣੇ ਹਿਸਾਬ ਨਾਲ ਕਹੀ ਜਾਂਦੇ ਹੋ, ਮੇਰੀ ਗੱਲ ਸੁਣੋ, ਪਬਲਿਕ ਕਹਿ ਰਹੀ ਹੈ, ਵਿਰੋਧੀ ਕਹਿ ਰਹੇ ਨੇ, ਰਾਜਨੀਤਿਕ ਵਿਰੋਧੀ। ਮੈਂ ਤਾਂ ਪ੍ਰੈਸ ਕਾਨਫਰੰਸ ਕੀਤੀ, ਹੁਣ ਤੁਸੀਂ ਨਹੀਂ ਹੁੰਦੇ ਟਾਈਮਲੀ, ਤਾਂ ਮੇਰਾ ਕੀ? ਉਹ ਅਲੱਗ ਸਵਾਲ ਹੈ, ਉਹ ਤਾਂ ਤੁਹਾਡੀ ਮੂਸੇ ਵਾਲੇ ਦੇ ਸਬਜੈਕਟ 'ਤੇ ਹੈ, ਮੈਂ ਸਵਾਲ 'ਤੇ ਸਵਾਲ ਆਏ ਸੀ ਉੱਥੇ। ਅੱਛਾ, ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਮਾਡਲ ਆਫ ਗਵਰਨੈਂਸ, ਉਹ ਮੁਲਕ 'ਚ ਬਹੁਤ ਪਾਪੂਲਰ ਹੋ ਰਿਹਾ। ਉਹਦੇ 'ਚ ਬਿਜਲੀ ਹੋਵੇ, ਐਜੂਕੇਸ਼ਨ ਹੋਵੇ, ਸੁਵਿਧਾਵਾਂ, ਪੰਜਾਬ ਨਹੀਂ ਬਹੁਤ ਸਾਰੇ ਸੂਬੇ ਉਹਦੇ ਤੋਂ ਕੁਛ ਨਾ ਕੁਛ ਸਿੱਖ ਕੇ ਉਹ ਤੋਂ ਅਡੋਪਟ ਕਰਦੇ ਆ, ਉਹਨੂੰ ਇੰਪਲੀਮੈਂਟ ਕਰਦੇ ਆ, ਪੰਜਾਬ ਦੇ ਆਈਡੀਅਲ ਬਣਾਉਣ ਲੱਗੇ ਹੋਏ ਉਹਨਾਂ ਨੂੰ, ਪੰਜਾਬ ਇੰਸਪੀਰੇਸ਼ਨ ਬਣਾਉਣ ਲੱਗੇ ਹੋਏ ਪੰਜਾਬ ਦੀ। ਨਹੀਂ ਨਹੀਂ ਨਹੀਂ, ਪੰਜਾਬ ਦੇ ਆਮ ਆਦਮੀ ਪਾਰਟੀ ਦੇ ਤਾਂ ਉਹ ਵੈਸੇ ਸੁਪਰੀਮੋ ਹੈ, ਲੇਕਿਨ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੋਈ ਵੀ ਆਈਡੀਆ, ਚਾਹੇ ਉਹ ਕੈਨੇਡਾ, ਪਹਿਲਾਂ ਅਸੀਂ ਸਟੱਡੀ ਟੂਰ 'ਤੇ ਨਹੀਂ ਭੇਜਦੇ ਸੀ, ਮੈਂਬਰ ਪਾਰਲੀਮੈਂਟ ਭੇਜਦੇ ਸੀ ਨਾ, MLA ਜਾਂਦੇ ਸੀ, ਕਰੋੜਾਂ ਰੁਪਈਆ ਖਰਚ ਕਰਦੇ ਸੀ, ਅਰਬਾਂ ਰੁਪਈਆ ਦਿੰਦੇ, ਕੀ ਸੀ ਭੱਠਾ ਬਿਠਾ ਕੇ ਰੱਖਤਾ ਮੁਲਕ ਦਾ। ਅੱਜ ਪਹਿਲੀ ਵਾਰ ਹੋ ਰਿਹਾ ਹੈ ਵੀ ਦੇਸ਼ ਨੂੰ ਔਰ ਸੂਬੇ
जे कितने वधिया आइडिया सानू कोई दिंदा या गाइड करता है तो असीं उहदा स्वागत करना चाहिए। अच्छा, यही कि दिल्ली ओपरेट हो रहे हो। नहीं नहीं, ये तो एवं अवरोधियों ने कहना है कांग्रेस कांग्रेस कितों कांग्रेस की लीडरशिप नैशनल लीडरशिप कितने बैठती, दिल्ली नहीं बैठती। मैं नहीं देखा अज तक पंजाब च कभी कैप्टन ने सोनिया गांधी ने कभी बुलाया हो कैप्टन छड़ के पंजाब के मसले मीटिंग की हो कैप्टन कैप्टन ने किया की आ ये दिल्ली जाके करते पता की करते सानू मिनिस्टर बनाओ जी हिस्सेदारी तय करते सानू सी एम बना लो इसू ला दो इनू बना दो आ कम करते असी पंजाब के लोगों लिए कोई इतिहासिक फैसला लैन जा रहे हैं हिस्टोरीकल फैसला लैन जा रहे हैं तो सानू स्वागत कर। सो मालविंदर कांगू ने साफ किया कि पार्टी जो भी कार्य कर रही है 25 दिन जो भी इन्होंने किया है वो अपनी यह मंशा दिखाना चाहते हैं कि असी किस लिहाज नाल ते किस तरह अपनी लियाकत ते सूझबूझ दे नाल काम जिहड़ा कर रहे हैं। विरोधियों नूं होर कुछ नहीं सवाए उन्हां कोल निंदण तों अलावा कोई विशा है नहीं है तो विरोधी जे निंदते जा रहे हैं वो पंजाब नूं जवाब दे हैगे ने विरोधी पार्टियां नूं नहीं हैगे। विजय प्रदीप दे नाल बलजीत मरवाहा, सक्रोल पंजाब, चंडीगढ़।